ਸੇਠ ਅਸ਼ੇ ਜ਼ਰੀਫ ਫਾਰਮ ਵਿਹਾੜੀ ਕਿੰਗ ਆਫ ਕਾਟਨ ਜਿਹੜੀ ਵੈਰਾਈਟੀ ਸੀ ਅਸੀਂ ਇਹਦਾ ਮੁਤਲਕ ਜਗ੍ਹਾ ਦੇ ਉੱਤੇ ਵਿਜ਼ਿਟ ਕੀਤਾ ਵਾ ਅੱਜ ਇਹ ਹਰ ਐਂਗਲ ਨਾਲ ਅਸੀਂ ਹਰ ਖੇਤ ਤੋਂ ਹਰ ਸਾਈਡ ਤੋਂ ਅਸੀਂ ਅੱਜ ਇਹਨੂੰ ਚੈੱਕ ਕੀਤਾ ਵਾ ਕੋਈ ਪੈਸਟ ਨਹੀਂ ਇਹਦੇ ਉੱਤੇ ਮੌਜੂਦ ਤੁਸੀਂ ਇਹਦੀਆਂ ਦੋਨੇ ਸਾਈਡਾਂ ਚੈੱਕ ਕਰ ਸਕਦੇ ਹੈ ਇਹਨਾਂ 'ਤੇ ਫਰੂਟਿੰਗ ਚੈੱਕ ਕਰ ਸਕਦੇ ਹਾਂ ਤਿੰਨ ਚਿਨਾਈਆਂ ਸਾਡੀਆਂ ਮੁਕੰਮਲ ਹੋ ਗਈਆਂ ਸੀ ਚੌਥੀ ਚਿਨਾਈ ਸਾਡੀ ਅੱਜ ਮੁਕੰਮਲ ਹੋਈ ਹੈ ਠੀਕ ਆ ਔਰ ਇਹਨਾਂ ਦੀ ਗਰੋਥ ਚੈੱਕ ਕਰ ਲਓ ਲਸ਼ ਗ੍ਰੀਨ ਕਪਾਹ ਖੜੀ ਹੈ ਇਨਸ਼ਾਅੱਲਾ ਤਾਲਾ ਬਾ ਫਜ਼ਲੇ ਖੁਦਾ ਕੋ ਜਿਹੜਾ ਮਿਹਨਤ ਜਾਰੀ ਰਹੇਗੀ ਇਨਸ਼ਾਅੱਲਾ ਤਾਲਾ ਅੱਲਾ ਪਾਕ ਕੋ ਅਸੀਂ ਮਦਦ ਮੰਗਦੇ ਹਾਂ ਇਨਸ਼ਾਅੱਲਾ ਤਾਲਾ ਜਿਹੜੀ ਇਹ 100 ਮਨ ਤੋਂ ਹੀ ਕਪਾਹ ਕੀ ਕ੍ਰਾਸ ਕਰ ਜਾਏਗੀ ਔਰ ਇਹ ਪੰਜਾਬ ਦੀ ਰਿਕਾਰਡ ਐਵਰੇਜ ਹੋਏਗੀ ਲੋਕ BT 121 ਨੂੰ ਭੁੱਲ ਜਾਂਦੇ ਕੋਈ ਗੁਲਾਬੀ ਨਹੀਂ ਹਰ ਟਿੰਡਾ ਜ਼ਬਰਦਸਤ ਪਿਆਲ ਲੋਕਾਂ ਨੂੰ ਅਸੀਂ ਖੁੱਲ੍ਹੇ ਦਿਲ ਨਾਲ ਦਾਅਵਾ ਦਿੰਦੇ ਹਾਂ ਤੁਸੀਂ ਆਓ ਤੁਸੀਂ ਫੀਲਡ ਵਿਜ਼ਿਟ ਕਰੋ ਔਰ ਇਹਨੇ ਆਪਣੀ ਰਵਾਇਤ ਬਰਕਰਾਰ ਰੱਖੀ ਹੈ 6 ਇੰਚ ਟਿੰਡਾ ਇਹਨੇ ਸ਼ੁਰੂ 'ਚ ਲਿਆ ਸੀ ਜਿਹੜਾ ਟਿੰਡੇ ਦਾ ਬੋਲ ਸਾਈਜ਼ ਸੀ ਅੱਜ 20 ਹੀ ਟਿੰਡੇ ਚੀਜ਼ ਚੈੱਕ ਕਰੋ 5.5-5 ਇੰਚ ਦੇ 6-6 ਇੰਚ ਦੇ ਅੱਜ ਵੀ ਉੱਤੇ ਇਹੀ ਸਾਈਜ਼ ਮੌਜੂਦ ਆ ਚੌਥੀ ਚਿਨਾਈ ਅੱਜ ਸਾਡੀ ਮੁਕੰਮਲ ਹੋ ਚੁੱਕੀ ਹੈ ਇਨਸ਼ਾਅੱਲਾ ਜਿਹੜਾ ਵਾ ਜਿਹੜੀਆਂ ਇਹਦੀਆਂ ਮਜ਼ੀਦ ਚਿਨਾਈਆਂ ਵਾ ਜਿੱਦਾਂ ਜਿੱਦਾਂ ਚਿਨਾਈ ਆਉਂਦੀ ਜਾਣੀ ਆ ਅਸੀਂ ਤੁਹਾਨੂੰ ਇਹਦੀ ਬਰੀਫਿੰਗ ਦੱਸਾਂਗੇ ਟੋਟਲ ਐਵਰੇਜ ਅਸੀਂ ਕਿੱਥੇ ਤੱਕ ਪਹੁੰਚ ਗਏ ਹਾਂ 3 ਚਿਨਾਈਆਂ ਦੀ ਅੱਗੇ ਐਵਰੇਜ ਮੁਕੰਮਲ ਹੋ ਚੁੱਕੀ ਹੈ ਚੌਥੀ ਜਿਹੜੀ ਆ ਅੱਜ ਸਾਡੀ ਮੁਕੰਮਲ ਹੋਈ ਹੈ ਅਸੀਂ ਇਹ ਤੁਹਾਨੂੰ ਚੀਜ਼ਾਂ ਅਸੀਂ ਦੱਸਾਂਗੇ ਕਿ ਗਾਂ ਜਿਹੜੀ ਹੈ ਇਹਦੀ ਐਵਰੇਜ ਸਾਡੀ ਕਿੰਨੀ ਬਣ ਰਹੀ ਹੈ ਇਨਸ਼ਾਅੱਲਾ ਤਾਲਾ ਤੁਸੀਂ ਦੋਸਤ ਸਭ ਆਓ ਅਸੀਂ ਤੁਹਾਨੂੰ ਵਿਜ਼ਿਟ ਕਰਵਾਉਣ ਨੂੰ ਤਿਆਰ ਹਾਂ ਔਰ ਚੀਜ਼ ਚੈੱਕ ਕਰੋ ਲਸ਼ ਗ੍ਰੀਨ ਕਪਾਹ ਖੜੀਆਂ ਇਹ ਨਹੀਂ ਹੋ ਕਿ ਮੈਂ ਤੁਹਾਨੂੰ 2-2 ਬੂਟੇ ਫਾੜ ਕੇ ਦਿਖਾ ਰਿਹਾ ਨਹੀਂ ਤੁਸੀਂ ਆਓ ਆਪਣੀ ਅੱਖਾਂ ਨਾਲ ਦੇਖੋ ਫਿਰ ਇਹਨੂੰ ਵਿਜ਼ਿਟ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੇ ਅਜ਼ਹਾਰੇ ਖਿਆਲ ਕਰੋ ਕਿ 100 ਮਨ ਪਲੱਸ ਦੀ ਵਰਾਇਟੀ ਹੈ ਜਾਂ ਨਹੀਂ ਹੈ 6 ਇੰਚ 5.5 ਇੰਚ ਅੱਜ ਵੀ ਟੌਪ 'ਤੇ ਹੀ ਇਹਦਾ ਸਾਈਜ਼ ਮੌਜੂਦ ਆ ਔਰ ਇੱਥੇ ਤੱਕ ਆ ਕਿ ਔਰ ਇੰਨੀਆਂ ਮੀਂਹ ਹਨੇਰੀ ਤੂਫਾਨ ਆਏ ਆ ਔਰ ਅੱਜ ਤਾਂ ਹਜੇ ਤੱਕ ਕੋਈ ਬੂਟਾ ਇਹਦਾ ਗਿਰਿਆ ਨਹੀਂ ਔਰ ਅੱਛਾ ਯਾਨੀ ਕਿ ਇਹਨੇ ਇਹਦੇ ਵਿੱਚ ਮੁਦਾਫਤ ਪਾਈ ਜਾਂਦੀ ਹੈ ਔਰ ਤੁਸੀਂ ਚੀਜ਼ ਚੈੱਕ ਕਰ ਲਓ ਔਰ ਅੱਛੀ ਗਰੋਥ ਜਾ ਰਹੀ ਹੈ ਇਹ ਵੀ ਨਹੀਂ ਹੋ ਕਿ ਇਹ ਡਿੱਗੀ ਹੋਵੇ ਇਹਨੇ ਗਰੋਥ ਨਾ ਲੈ ਰਿਹਾ ਹੋਵੇ ਬੂਟੇ ਚੈੱਕ ਕਰ ਸਕਦੇ ਹਾਂ ਮੇਰੇ ਤਮਾਮ ਦੋਸਤਾਂ ਨੂੰ ਜਿਹੜਾ ਰਿਕੁਐਸਟ ਆ ਤੁਸੀਂ ਆਓ ਆਪਣਾ ਇੱਕ ਵਾਰੀ ਵਿਜ਼ਿਟ ਖੁਦ ਕਰੋ ਆ ਕੇ ਅਸਲਾਮ ਵਾਲੇ